ਸੰਗਤ ਨੂੰ ਪ੍ਰੇਰਿਆ। ਬੱਚਿਆਂ ਨੂੰ ਪਹਿਲੋਂ ਵੀ ਬਹੁਤ ਵਾਰੀ ਅਸੀਂ ਅੱਜ ਬੇਨਤੀ ਕਰ ਸਕੇ ਹਾਂ ਵੀ ਕਰਦੇ ਰਹੇ ਹਾਂ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਇਹ ਰਹਿਸਲ ਕਰਿਆ ਕਰੋ। ਤੁਸੀਂ ਇਸ ਗੱਲ ਦੇ ਯੋਗ ਹੋਵੋ, ਫਿਰ ਅਸੀਂ ਤੁਹਾਡੇ ਤੋਂ ਦੀਵਾਨ ਵੀ ਲਵਾਇਆ ਕਰੀਏ। ਕਰੀਬ ਕਰੀਬ ਜਿੰਨੇ ਕੁ ਬੱਚੇ ਹੁੰਦੇ ਨੇ ਨਾ, ਉਹ ਇੱਕ ਵਾਰ ਆ ਗਏ ਅਗਲੀ ਵਾਰਾਂ ਨਹੀਂ ਆਉਂਦੇ, ਆਪਣੀ ਗੱਲ 'ਤੇ ਪੂਰੇ ਨਹੀਂ ਉਤਰਦੇ। ਅਸੀਂ ਜਿੱਥੋਂ ਤੱਕ ਵੀ ਬੱਚਿਆਂ ਕੋਲ ਅਰਜ਼ੀ ਕੀਤੀ ਸੀ ਵੀ ਜੇ ਤੁਸੀਂ ਸਿੱਖਣਾ ਚਾਹੋ, ਅਸੀਂ ਤੁਹਾਡੇ ਵਾਸਤੇ ਇੱਕ ਅਜਿਹੇ ਦਾ ਵੀ ਸਪੈਸ਼ਲ ਰੱਖ ਦਿਆਂਗੇ ਜਿਹੜਾ ਕਿ ਤੁਹਾਨੂੰ ਸਿਖਾ ਸਕੇ। ਸਗੋਂ ਬੱਚੇ ਫਿਰ ਜਿਹੜੇ ਜਿਹੜੇ ਸਿੱਖਣਾ ਚਾਹੁੰਦੇ ਨੇ ਉਹ ਆਪਣਾ ਨਾਂ ਸਾਨੂੰ ਲਿਖਾ ਦੇਣ, ਫਿਰ ਅਸੀਂ ਉਸ ਹਿਸਾਬ ਨਾਲ ਅਜਿਹੇ ਦਾ ਅਰੇਂਜ ਕਰਕੇ ਉਹਨਾਂ ਨੂੰ ਸਿਖਾ ਸਕੀਏ। ਤਾਂ ਉਹ ਫਿਰ ਬੱਚੇ ਅੱਗੇ ਆ ਕੇ ਅਤੇ ਆਪਣੇ ਦੀਵਾਨ ਲਾਉਣ, ਅਤੇ ਸਾਡਾ ਇਹ ਨਾਂ ਉੱਚਾ ਹੁੰਦਾ ਅਤੇ ਸਾਨੂੰ ਜਿਹੀਆਂ ਖੁਸ਼ੀਆਂ ਮਿਲਦੀਆਂ ਇਸ ਗੱਲ ਦੇ। ਸਤਿ ਸ਼੍ਰੀ ਅਕਾਲ। ਹਾਂਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਾਡਾ ਜੋ ਅੱਜ ਦਾ ਇਹ ਸਮਾਗਮ 15 ਸਤੰਬਰ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਜੋ ਇਹ ਮਨਾਇਆ ਜਾਂਦਾ ਹੈ, ਇੱਥੇ ਸ਼ਹੀਦਾਂ ਦਾ ਮੇਲਾ ਨਾਮਧਾਰੀ ਸ਼ਹੀਦ ਸਿੰਘਾਂ ਦਾ, ਮੈਂ ਆਪ ਜੀ ਦੇ ਨਾਲ ਇਸ ਬਾਰੇ ਥੋੜ੍ਹੇ ਜਿਹੇ ਆਪਣੇ ਵਿਚਾਰ ਜਿਹੜੇ ਨੇ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਸਾਂਝੇ ਕਰਨ ਜਾ ਰਿਹਾ ਹਾਂ ਕਿ 15 ਸਤੰਬਰ 1871 ਈਸਵੀ ਨੂੰ ਇਸੇ ਸਥਾਨ 'ਤੇ ਹੀ ਅੰਗਰੇਜ਼ ਸਰਕਾਰ ਦੇ ਦੁਆਰਾ 5 ਨਾਮਧਾਰੀ ਸ਼ਹੀਦ ਸਿੱਖਾਂ ਨੂੰ ਜਿਹੜਾ ਸੀ ਇੱਥੇ ਫਾਂਸੀ ਦੀ ਸਜ਼ਾ ਦਿੱਤੀ ਗਈ। ਪਰ ਉਹ ਫਾਂਸੀ ਦੀ ਸਜ਼ਾ ਕਿਉਂ ਦਿੱਤੀ ਗਈ, ਮੈਂ ਇਸ ਬਾਰੇ ਥੋੜ੍ਹਾ ਜਿਹਾ ਆਪ ਜੀ ਨੂੰ ਇਹ ਦੱਸਾਂਗਾ ਕਿ ਜੋ ਨਾਮਧਾਰੀ ਇਤਿਹਾਸ ਹੈ ਕਿ ਜੇ ਸਾਡੇ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਪਵਿੱਤਰ ਅਤੇ ਪੂਜਨੀਕ ਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਉਸ ਦੀ ਪਵਿੱਤਰਤਾ ਜਿਹੜੀ ਸੀ ਉਹਨੂੰ ਕਾਇਮ ਰੱਖਣ ਵਾਸਤੇ ਇਹਨਾਂ ਨੇ ਇਹ ਸ਼ਹਾਦਤ ਦਾ ਜਾਮ ਪੀਤਾ। ਉਹ ਕਿਵੇਂ ਕਿ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੀ ਜਦ ਅਸੀਂ ਗੁਲਾਮ ਸਾਂ ਅੰਗਰੇਜ਼ ਸਰਕਾਰ ਦੇ, ਤਾਂ ਉੱਥੇ ਇੱਕ ਬੁੱਚੜਖਾਨਾ ਜਿਹੜਾ ਖੋਲ੍ਹ ਦਿੱਤਾ ਗਿਆ ਸੀ ਅੰਮ੍ਰਿਤਸਰ ਦੇ ਵਿੱਚ। ਉਹ ਬੁੱਚੜਖਾਨੇ ਦੀ ਵਜ੍ਹਾ ਇਹ ਸੀਗਾ ਕਿ ਜਿਹੜਾ ਵੀ ਧਾਰਮਿਕ ਸਥਾਨ ਹੈ ਉਹਦੀ ਬੇਅਦਬੀ ਕੀਤੀ ਜਾਵੇ। ਉਹ ਬੇਅਦਬੀ ਕਿਸ ਤਰ੍ਹਾਂ ਹੁੰਦੀ ਸੀ ਕਿ ਜਦ ਉੱਥੇ ਬੁੱਚੜ ਗਊਆਂ ਕਤਲ ਕਰਦੇ ਸੀ, ਘੰਟਾ ਘਰ ਚੌਂਕ ਦੇ ਵਿੱਚ ਉਹ ਬੁੱਚੜਖਾਨਾ ਸੀਗਾ, ਕੁਝ ਇੱਕ ਉਹਨਾਂ ਦੀਆਂ ਮੀਟ ਵੇਚਣ ਵਾਲੀਆਂ, ਉਹ ਗਊਆਂ ਦਾ ਮਾਸ ਵੇਚਣ ਵਾਲੀਆਂ ਦੁਕਾਨਾਂ ਵੀ ਬਣਾਈਆਂ ਹੋਈਆਂ ਸੀ। ਉੱਥੋਂ ਜਿਹੜੇ ਸੀ ਜਾਨਵਰ ਉਹ ਕੁਛ ਕੁ ਉੱਥੋਂ ਲੈ ਕੇ ਹੱਡੀਆਂ ਮਾਸ ਦੀਆਂ ਬੋਟੀਆਂ ਲੈ ਕੇ ਜਦ ਉੱਪਰ ਉੱਡਦੇ ਸੀ, ਅਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਭੰਗ ਹੁੰਦੀ ਸੀ ਇਸ ਤਰ੍ਹਾਂ ਕਿ ਉਹ ਕਲਸਾਂ ਦੇ ਉੱਤੇ ਬੈਠਦੇ ਸੀ ਜਾ ਕੇ ਹੱਡੀਆਂ ਲੈ ਕੇ, ਜਾਂ ਉਹ ਸਰੋਵਰ ਦੇ ਵਿੱਚ ਡਿੱਗ ਪੈਂਦੀਆਂ ਸੀ। ਪਰਿਕਰਮਾ ਦੇ ਵਿੱਚ ਵੀ ਉਹ ਹੱਡੀਆਂ ਜਿਹੜੀਆਂ ਸੀ ਉਹ ਬੋਟੀਆਂ ਮਾਸ ਦੀਆਂ ਕਈ ਵਾਰ ਉੱਥੇ ਮਿਲੀਆਂ, ਪੁਰਾਤਨ ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਉਹ ਨਾਮਧਾਰੀ ਸਿੰਘਾਂ ਨੇ ਜਿਹੜਾ ਸੀ ਉਸ ਬੇਅਦਬੀ ਨੂੰ ਜਦ ਵੇਖਿਆ ਤਾਂ ਉੱਥੇ ਇਸ ਚੀਜ਼ ਦਾ ਪਹਿਲਾਂ ਵੀ ਪ੍ਰਚਾਰ ਹੋ ਰਿਹਾ ਸੀ, ਪਰ ਕੋਈ ਅੰਗਰੇਜ਼ ਦੇ ਗੁਲਾਮ ਹੋਣ ਕਾਰਨ ਕੋਈ ਵੀ ਜਿਹੜਾ ਸੀ ਉਸ ਦੇ ਖਿਲਾਫ਼ ਆਵਾਜ਼ ਨਹੀਂ ਸੀ ਉਠਾ ਰਿਹਾ। ਪਰ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਨਾਮਧਾਰੀ ਕੁੱਕਾ ਪੰਥ ਜਿਹੜਾ ਸਾਜਿਆ ਸੀ 12 ਅਪ੍ਰੈਲ 1857 ਨੂੰ ਸ਼੍ਰੀ ਭੈਣੀ ਸਾਹਿਬ ਲੁਧਿਆਣਾ ਵਿਖੇ, ਉਹਨਾਂ ਦੀ ਇਹ ਪਿਉਂਦ ਲਾਇਆ ਹੋਇਆ ਜਿਹੜਾ ਸਿੱਖ ਸੀਗੇ, ਇਹਨਾਂ ਨੇ ਉੱਥੇ ਜਾ ਕੇ ਜਦੋਂ ਬੇਅਦਬੀ ਨੂੰ ਦੇਖਿਆ ਤਾਂ ਇਹ ਨਹੀਂ ਸਹਾਰ ਸਕੇ। ਇਹਨਾਂ ਨੇ ਕਿਹਾ ਅਸੀਂ ਇਸ ਚੀਜ਼ ਦਾ ਇੱਥੇ ਨਹੀਂ ਹੋਣ ਦੇਣਾ, ਅਸੀਂ ਇਹਦੀ ਪਵਿੱਤਰਤਾ ਨੂੰ ਕਾਇਮ ਰੱਖਾਂਗੇ। ਉਹ ਇਹਨਾਂ ਨੇ ਬੁੱਚੜਖਾਨਾ ਜਿਹੜਾ ਸੀ ਆਪਸ ਵਿੱਚ ਦੀ ਮੀਟਿੰਗ ਕਰਕੇ ਨਾਮਧਾਰੀ ਸਿੰਘਾਂ ਕੁੱਕਿਆਂ ਨੇ ਉਹ ਬੁੱਚੜਖਾਨੇ ਨੂੰ ਕਤਲ ਕਰਨ ਦੀ ਵਿਉਂਤਬੰਦੀ ਬਣਾਈ।
14 ਜੂਨ 1871 ਦੀ ਵਿਚਕਾਰਲੀ ਰਾਤ ਨੂੰ ਜਿਹੜਾ ਸੀਗਾ ਉਹ ਬੁੱਚੜਖਾਨੇ ਉੱਤੇ ਹੱਲਾ ਬੋਲਿਆ ਗਿਆ ਨਾਮਧਾਰੀ ਕੁੱਕੇ ਸਿੰਘਾਂ ਵੱਲੋਂ। ਗਊਆਂ ਨੂੰ ਆਜ਼ਾਦ ਕੀਤਾ ਗਿਆ, ਬੁੱਚੜਾਂ ਨੂੰ ਉੱਥੋਂ ਜਿਹੜਾ ਸੀ ਉਹ ਕਤਲ ਕਰਕੇ ਅਤੇ ਉਹ ਗਊਆਂ ਨੂੰ ਆਜ਼ਾਦ ਕਰਕੇ ਉਹ ਜਿਹੜਾ ਸੀ ਉੱਥੋਂ ਬੁੱਚੜਖਾਨੇ ਨੂੰ ਬੰਦ ਕਰਵਾਉਣ ਦੀ ਨੀਤੀ ਦੇ ਨਾਲ ਅੰਗਰੇਜ਼ ਸਰਕਾਰ ਦੀ ਨੀਤੀ ਦੇ ਖਿਲਾਫ ਫਤਵਾ ਦਿੱਤਾ। ਉਹ ਜਦ ਅੰਗਰੇਜ਼ ਨੂੰ ਇਹ ਪਤਾ ਲੱਗਿਆ ਕਿ ਇਹ ਕਿਸੇ ਨੇ ਇਹ ਕਤਲ ਕਰ ਦਿੱਤੇ ਨੇ ਬੁੱਚੜ, ਸਾਡੀ ਇਸ ਬੁੱਚੜਖਾਨੇ ਦਾ ਜਿਹੜਾ ਹੈ ਖਿਲਾਫ ਵਰਜੀ ਕੀਤੀ ਹੈ, ਉਹਨਾਂ ਨੇ ਕੁਝ ਇੱਕ ਜਿਹੜੇ ਜਿਨ੍ਹਾਂ ਵੱਲੋਂ ਕੁਛ ਦਰਖਾਸਤਾਂ ਆਈਆਂ ਸੀ ਪਬਲਿਕ ਵੱਲੋਂ ਅੰਮ੍ਰਿਤਸਰ ਦੀ, ਉਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਨੂੰ ਇਹ ਕਬਾਲੇ ਜੁਰਮ ਜਿਹੜਾ ਸੀ ਉਹਨਾਂ 'ਤੇ ਤਸ਼ੱਦਦ ਕਰਕੇ ਇਹ ਕਰਵਾ ਲਿਆ ਕਿ ਇਹ ਬੁੱਚੜ ਅਸੀਂ ਹੀ ਮਾਰੇ ਹਨ। ਪਰ ਇਹ ਜਿਹੜੇ ਅਸਲ ਨਾਮਧਾਰੀ ਸਿੰਘਾਂ ਨੇ ਜਿਨ੍ਹਾਂ ਨੇ ਕਾਰਾ ਕੀਤਾ ਸੀ ਉਹ 14-15 ਜੂਨ ਦੀ ਵਿਚਕਾਰਲੀ ਰਾਤ ਨੂੰ, ਇਹ ਸਿੰਘ ਜਿਹੜੇ ਸੀ ਉਹ ਭੈਣੀ ਸਾਹਿਬ ਉੱਥੇ ਜਾ ਚੁੱਕੇ ਸੀ ਸਤਿਗੁਰੂ ਰਾਮ ਸਿੰਘ ਜੀ ਦੇ ਕੋਲ। ਜਦ ਉੱਥੇ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਪੁੱਛੀ ਵੀ ਸਿੰਘੋ ਜਿਹੜਾ ਅੰਮ੍ਰਿਤਸਰ ਦਾ ਹੋਇਆ ਹੈ ਉੱਥੇ ਸਾਕਾ ਉਹ ਕੀ ਬਣੀ ਹੈ ਗੱਲ, ਤਾਂ ਇਹਨਾਂ ਨੇ ਫਿਰ ਇਹ ਦੱਸਿਆ ਖੜੇ ਹੋ ਕੇ ਕਿ ਉਹ ਸਤਿਗੁਰੂ ਜੀ ਉਹ ਸਾਡਾ ਹੈ ਕੰਮ ਜਿਹੜਾ ਅਸੀਂ ਉਹ ਬੁੱਚੜਾਂ ਦਾ ਕਤਲ ਕੀਤਾ ਹੈ, ਉੱਥੇ ਗਾਈਆਂ ਜਿਹੜੀਆਂ ਧਰਮ ਦੀ ਬੇਅਦਬੀ ਹੁੰਦੀ ਸੀ ਧਾਰਮਿਕ ਸਥਾਨ ਦੀ ਉਹ ਅਸੀਂ ਨਹੀਂ ਸਹਿਣ ਕਰ ਸਕੇ। ਤਾਂ ਸਤਿਗੁਰਾਂ ਨੇ ਕਿਹਾ ਉਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਕਿ ਤੁਸੀਂ ਜੇਕਰ ਉਹ ਐਡਾ ਵੱਡਾ ਧਰਮ ਦਾ ਕਾਰਜ ਕੀਤਾ ਹੈ ਤਾਂ ਫਿਰ ਜਿਹੜੇ ਬੇਦੋਸ਼ੇ ਉੱਥੇ ਸਿੰਘ ਨੇ ਜਿਹੜੇ ਉਹਨਾਂ ਨੂੰ ਹੁਣ ਫਾਂਸੀ ਲੱਗੇਗੀ ਜਾਂ ਮੌਤ ਦੀ ਸਜ਼ਾ ਮਿਲੇਗੀ, ਉਹਨਾਂ ਦਾ ਜੁਰਮ ਜਿਹੜਾ ਹੈ ਉਹ ਪਾਪ ਵੀ ਤੁਹਾਨੂੰ ਲੱਗੇਗਾ, ਤੁਸੀਂ ਕਿਉਂ ਨਾ ਹੋਵੇ ਤੁਸੀਂ ਜਾ ਕੇ ਉੱਥੇ ਆਪਣਾ ਜੁਰਮ ਇਕਬਾਲ ਕਰੋ ਅਤੇ ਉਹ ਅੰਗਰੇਜ਼ ਦੀ ਕਚਹਿਰੀ ਦੇ ਵਿੱਚ ਜਾ ਕੇ ਜੋ ਵੀ ਸਜ਼ਾ ਮਿਲਦੀ ਆ ਤੁਸੀਂ ਉਸ ਨੂੰ ਹਾਸਲ ਕਰੋ ਅਤੇ ਉਹ ਆਪਣੀ ਸਜ਼ਾ ਦਾ ਜਿਹੜਾ ਉਹ ਭੁਗਤੋ ਉਸ ਨੂੰ ਸਜ਼ਾ ਨੂੰ, ਤੁਸੀਂ ਇੱਥੋਂ ਭੱਜੋ ਨਾ। ਉਹਨਾਂ ਕਿਹਾ ਜੀ ਅਸੀਂ ਆਪ ਜੀ ਦੇ ਦਰਸ਼ਨ ਕਰਨ ਆਏ ਹਾਂ, ਅਸੀਂ ਉਹ ਸਜ਼ਾ ਨੂੰ ਜਾ ਕੇ ਕਬੂਲ ਕਰ ਲੈਂਦੇ ਹਾਂ। ਉਸੇ ਤਰ੍ਹਾਂ ਹੀ ਹੋਇਆ, ਉਹ ਨਾਮਧਾਰੀ ਸਿੰਘ ਇੱਥੇ DC ਕਾਵਨ ਦੀ ਕਚਹਿਰੀ ਦੇ ਵਿੱਚ ਆਏ, ਉਹਨਾਂ ਨੇ ਆ ਕੇ ਆਪਣਾ ਕਬਾਲੀਆ ਜ਼ੁਰਮ ਜਿਹੜਾ ਕੀਤਾ ਉਹ ਮੰਨੇ ਨਹੀਂ, ਪਰ ਅੰਗਰੇਜ਼ ਉਹ ਕਹਿੰਦੇ ਅਸੀਂ ਇਹਨਾਂ ਦੇ ਇਕਬਾਲ ਕਰ ਲਿਆ ਹੈ, ਪਰ ਉਹਨਾਂ ਸਿੰਘਾਂ ਨੇ ਕਿਹਾ ਅਸੀਂ ਉਹ ਸਾਰੇ ਸ਼ਸਤਰ ਜੋ ਅਸੀਂ ਰਾਤ ਜੋ ਸਾਰਾ ਵਾਕਿਆ ਹੋਇਆ ਕਿਵੇਂ ਅਸੀਂ ਪੌੜੀਆਂ ਲਾ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਨਾਲ ਪੌੜੀਆਂ ਲਾ ਕੇ ਉੱਪਰ ਚੜ੍ਹੇ ਹਾਂ ਅਤੇ ਉਹ ਬੁੱਚੜਾਂ ਨੂੰ ਕਿਹੜੇ ਕਿਹੜੇ ਬੁੱਚੜ ਨੂੰ ਅਸੀਂ ਮਾਰਿਆ ਹੈ, ਅਸੀਂ ਉਹ ਲਹੂ ਭਿੱਜੇ ਕੱਪੜੇ ਉਹ ਸਾਰਾ ਉਹਨਾਂ ਨੇ ਜਦ ਉਹਦੇ ਵਿੱਚ ਲਿਆ ਕੇ ਉਹਨਾਂ ਨੂੰ ਤਫਤੀਸ਼ ਦੇ ਵਿੱਚ ਸ਼ਾਮਿਲ ਕੀਤਾ ਅਤੇ ਅੰਗਰੇਜ਼ ਸਰਕਾਰ ਦੀ ਜਿਹੜੀ ਸੀ ਉਹ ਤਫਤੀਸ਼ ਜਿਹੜੀ ਸੀ ਇੱਕ ਤਾਂ ਉਹ ਗਲਤ ਕੀਤੀ ਸਾਬਤ, ਇੱਕ ਵੱਡਾ ਸਭ ਤੋਂ ਪਹਿਲ ਕਦਮੀ ਤਾਂ ਕੂਕਿਆਂ ਨੇ ਇਹ ਕੀਤੀ ਕਿ ਅੰਗਰੇਜ਼ ਦੀ ਜਿਹੜੀ ਉਹ ਇਨਕੁਆਇਰੀ ਸੀ ਉਹਨੂੰ ਉਹ ਝੂਠਾ ਸਾਬਤ ਕਰ ਦਿੱਤਾ ਇਹਨਾਂ ਨੇ ਕਿ ਇਹ ਕਤਲ ਅਸੀਂ ਕੀਤਾ ਪਰ ਉਹਨਾਂ ਨੇ ਅਕਬਾਲੇ ਜੁਰਮ ਕਰਵਾ ਲਿਆ। ਉਸ ਤੋਂ ਉਪਰੰਤ ਕੀ ਹੋਇਆ ਕਿ ਉਹਨਾਂ ਨੇ ਫਿਰ ਉਹ ਜਦੋਂ ਇਕਬਾਲ ਜੁਰਮ ਕੀਤਾ ਤਾਂ ਫਿਰ ਉਹ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅੰਗਰੇਜ਼ ਅਦਾਲਤ ਵੱਲੋਂ। ਉਹਨਾਂ ਨੇ ਕਿਹਾ ਅਸੀਂ ਫਾਂਸੀ ਦੀ ਸਜ਼ਾ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਹੱਸ ਕੇ ਫਾਂਸੀ ਲਵਾਂਗੇ। ਜਦ ਉਹਨਾਂ ਨੂੰ ਇਹ ਫਾਂਸੀ ਜਿਹੜੀ ਇਹ ਜਗ੍ਹਾ 'ਤੇ ਅੱਜ ਅਸੀਂ ਖੜ੍ਹੇ ਹਾਂ, ਅੱਜ ਇਹ 15 ਤਰੀਕ ਨੂੰ 15 ਫਰਵਰੀ 2020 ਨੂੰ ਜੋ ਮੇਲਾ ਅੱਜ ਮਹੀਨਾਵਾਰ ਜਿਹੜਾ ਸਾਧ ਸਿੰਘ ਨੇ ਮਨਾਇਆ ਹੈ, ਇਹ ਹਰ ਮਹੀਨੇ ਮੇਲਾ ਉਹਨਾਂ ਦੀ ਯਾਦ ਵਿੱਚ 15 ਸਤੰਬਰ ਨੂੰ ਉਹ ਹੋਏ ਸੀ ਨਾ ਇੱਥੇ ਸ਼ਹੀਦ 1871 ਨੂੰ, ਉਹ ਉਹਨਾਂ ਦੀ ਯਾਦ ਵਿੱਚ ਹਰ ਮਹੀਨਾਵਾਰ ਜਿਹੜਾ ਮੇਲਾ ਇੱਥੇ ਸਾਧ ਸੰਗਤ ਮਨਾਉਂਦੀ ਆ। ਉਹਦੇ ਉਪਰੰਤ ਜਿਹੜਾ ਇੱਕ ਸਾਲਾਨਾ ਮੇਲਾ 15 ਸਤੰਬਰ ਨੂੰ ਹਰ ਸਾਲ ਇੱਥੇ ਨਾਮਧਾਰੀ ਪੂਰੇ ਸਮਾਜ ਵੱਲੋਂ ਆਲ ਵਰਲਡ ਦੇ ਵਿੱਚ ਜਿੱਥੇ ਵੀ ਨਾਮਧਾਰੀ ਹੈਗੇ ਨੇ ਉਹ ਇਕੱਤਰ ਹੋ ਕੇ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਸਾਲਾਨਾ ਮੇਲਾ ਕਰਦੇ ਹਾਂ। ਇਹ ਜਿਹੜੇ ਸੀ ਸ਼ਹੀਦ, ਮੈਂ ਗੱਲ ਕਰ ਰਿਹਾ ਸੀ ਆਪ ਜੀ ਨੂੰ ਵੀ ਉਹ ਸ਼ਹੀਦ ਕਿਸ ਤਰ੍ਹਾਂ ਹੋਏ, ਉਹਨਾਂ ਨੂੰ ਇਸ ਜਗ੍ਹਾ 'ਤੇ ਜਿਹੜੀ ਆ ਜਗ੍ਹਾ ਸੀ ਉਦੋਂ ਅੰਗਰੇਜ਼ ਦੀ ਜੇਲ੍ਹ ਸੀਗੀ ਮਿੰਨੀ, ਇਹਦੇ ਵਿੱਚ ਰਾਤ ਠਹਿਰਾਇਆ ਗਿਆ। ਉਹਨਾਂ ਨੂੰ ਜਦ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਹਨਾਂ ਨੇ ਇਹ ਜ਼ਾਹਰ ਕੀਤੀ ਕਿ ਅਸੀਂ ਜਿਸ ਹਰਿਮੰਦਰ ਸਾਹਿਬ ਪਵਿੱਤਰ ਸਰੋਵਰ ਦੀ ਉਹਦਾ ਉੱਥੋਂ ਦੀ ਧਾਰਮਿਕ ਸਥਾਨ ਦੀ ਜਿਹੜੀ ਪਵਿੱਤਰਤਾ ਵਾਸਤੇ ਜੋ ਸ਼ਹਾਦਤ ਦਾ ਜਾਮ ਪੀਣਾ ਹੈ, ਅਸੀਂ ਉਸ ਸਥਾਨ 'ਤੇ ਜਾ ਕੇ ਸਣ ਕੇ ਅਸੀਂ ਇਸ਼ਨਾਨ ਕਰਨਾ ਹੈ ਉਸ ਸਰੋਵਰ 'ਚੋਂ, ਗੁਰੂ ਰਾਮਦਾਸ ਜੀ ਦੇ ਸਥਾਨ 'ਤੇ ਜਾ ਕੇ ਅਰਦਾਸ ਕਰਨੀ ਹੈ, ਫਿਰ ਅਸੀਂ ਉੱਥੋਂ ਢੋਲਕੀਆਂ ਛੈਣਿਆਂ ਦੇ ਨਾਲ ਦੀਵਾਨ ਸਜਾਉਂਦੇ ਹੋਏ ਜਿੱਥੇ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉੱਥੇ ਫਾਂਸੀ ਲੈ ਲਵਾਂਗੇ। ਪਰ ਦੋ ਸਾਡੀਆਂ ਮੰਗਾਂ ਨੇ,
ਇੱਕ ਤਾਂ ਸਾਨੂੰ ਜਿਹੜਾ ਅੰਗਰੇਜ਼ ਦਾ ਜਿਹੜਾ ਬਣਾਇਆ ਹੋਇਆ ਅੱਜ ਵੀ ਸਾਡੇ ਦੇਸ਼ ਵਿੱਚ ਭਾਰਤ ਵਿੱਚ ਕਾਨੂੰਨ ਜਿਹੜਾ ਉਹ ਕਾਇਮ ਹੈ ਕਿ ਜਲਾਦ ਹੀ ਉਹ ਫੱਟਾ ਖਿੱਚ ਕੇ ਜਿਹੜਾ ਫਾਂਸੀ ਦਾ ਜਿਹੜਾ ਹੈ ਉਹ ਫਾਂਸੀ ਦਿੰਦਾ ਹੈ। ਪਰ ਇਹਨਾਂ ਸ਼ਹੀਦ ਸਿੱਖਾਂ ਨੇ ਇੱਕ ਇਹ ਪਹਿਲਕਦਮੀ ਕੀਤੀ ਕਿ ਸਾਨੂੰ ਉਹ ਜਲਾਦ ਹੱਥ ਨਾ ਲਾਵੇ, ਅਸੀਂ ਆਪਣੇ ਗਲਾਂ ਦੇ ਵਿੱਚ ਆਪ ਰੱਸੇ ਪਾ ਕੇ ਜਿਹੜੇ ਆ ਉਹ ਫਾਂਸੀ ਲੈ ਕੇ ਦਿਖਾਵਾਂਗੇ ਤੁਹਾਨੂੰ, ਕਿਉਂਕਿ ਅਸੀਂ ਉਹ ਇੰਨੇ ਅੰਦਰੋਂ ਨਿਡਰ ਹੋ ਚੁੱਕੇ ਸੀ। ਸਤਿਗੁਰੂ ਰਾਮ ਸਿੰਘ ਜੀ ਨੇ ਉਹਨਾਂ ਦੇ ਅੰਦਰੋਂ ਨਾਮ ਦੀ ਜਿਹੜੀ ਸੀ ਉਹ ਇੰਨੀ ਸ਼ਕਤੀ ਆ ਚੁੱਕੀ ਸੀ ਕਿ ਉਹ ਇਸ ਸਜ਼ਾ ਨੂੰ ਟਿੱਚ ਵੀ ਨਹੀਂ ਸੀ ਜਾਣਦੇ। ਉਹਨਾਂ ਨੇ ਜਦ ਇੱਕ ਇਹ ਮੰਗ ਰੱਖੀ ਕਿ ਜਲਾਦ ਹੱਥ ਨਾ ਲਾਵੇ, ਨੰਬਰ 2 ਤੇ ਉਹਨਾਂ ਕਿਹਾ ਕਿ ਅਸੀਂ ਚਮੜੇ ਦਾ ਰੱਸਾ ਜਿਹੜਾ ਆਪਣੇ ਗਲ ਵਿੱਚ ਨਹੀਂ ਪਾਵਾਂਗੇ, ਕਿਉਂਕਿ ਚਮੜਾ ਜਿਹੜਾ ਹੈ ਉਹ ਵੀ ਗਊ ਦੀ ਹੱਤਿਆ ਕਰਕੇ ਉਹਦਾ ਤਿਆਰ ਹੁੰਦਾ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਜਿਸ ਗਊ ਦੀ ਉਸ ਧਰਮ ਦੀ ਰੱਖਿਆ ਵਾਸਤੇ ਅਸੀਂ ਗਊ ਗਰੀਬ ਦੀ ਰੱਖਿਆ ਵਾਸਤੇ ਜੋ ਕੁਰਬਾਨੀ ਕੀਤੀ ਹੈ ਅਸੀਂ ਉਸਦਾ ਚਮੜਾ ਦਾ ਗਲ ਦੇ ਵਿੱਚ ਰੱਸਾ ਵੀ ਨਹੀਂ ਪਾਵਾਂਗੇ। ਉਹਨਾਂ ਨੇ ਉਹਨਾਂ ਦੀ ਖਾਹ ਜਿਹੜੀ ਸੀ ਉਹ ਪੂਰੀ ਕੀਤੀ, ਰੇਸ਼ਮ ਦੀਆਂ ਡੋਰੀਆਂ ਖਰੀਦੀਆਂ ਗਈਆਂ। ਇਹ ਰਾਮਬਾਗ ਦਾ ਜਿਹੜਾ ਜਗ੍ਹਾ ਹੈ ਇਹ ਸੈਂਟਰ ਪੁਆਇੰਟ ਸੀਗਾ ਸਾਰੇ ਅੰਮ੍ਰਿਤਸਰ ਦਾ, ਜਿੱਥੇ ਕਿ ਅੱਜ ਉਹਨਾਂ ਦੀ ਸ਼ਹਾਦਤ ਤੁਸੀਂ ਉਹ ਬੋਰਡ ਦੇ ਦਰਸ਼ਨ ਵੀ ਕਰ ਰਹੇ ਹੋ ਕਿ ਇੱਥੇ ਬੋਰਡ ਸੀਗਾ ਜਿਹੜਾ ਇਹ ਰਾਮਬਾਗ ਦਾ ਚੌਂਕ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਮਿਊਜ਼ੀਅਮ ਹੈ। ਇਹ ਰਾਮਬਾਗ ਜਿਹੜਾ ਸੀ ਪੁਰਾਣਾ ਸਾਡਾ ਜਿਹੜਾ ਇੱਥੇ ਅੰਮ੍ਰਿਤਸਰ ਦਾ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਹੈ, ਜਿੱਥੇ ਕਿ ਸਾਰਾ ਹੀ ਅੰਮ੍ਰਿਤਸਰ ਦੀ ਸੰਗਤ ਜਿਹੜੀ ਸੀ ਇੱਥੋਂ ਗੁਜ਼ਰਦੀ ਸੀ ਇਸ ਚੌਂਕ ਦੇ ਵਿੱਚੋਂ। ਇਸ ਬੋਰਡ ਦਾ ਮੁਕਰਰ ਹੋਇਆ ਰੁੱਖ ਕਿ ਤੁਸੀਂ ਇਸ ਬੋਰਡ ਦੇ ਨਾਲ ਹੀ ਫਾਂਸੀ ਲੈਣੀ ਹੈ। ਉਹਨਾਂ ਸਿੰਘਾਂ ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਸਰੋਵਰ ਦੇ ਵਿੱਚੋਂ ਜਿਹੜਾ ਸੀ ਇਸ਼ਨਾਨ ਕਰਕੇ ਉਸੇ ਤਰ੍ਹਾਂ ਹੀ ਢੋਲਕੀਆਂ ਛੇਣੇ ਵਜਾਉਂਦਿਆਂ ਹੋਇਆਂ ਤੇਰੀ ਸਰਣ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਇਹ ਸ਼ਬਦ ਗੁਰਬਾਣੀ ਦਾ ਉਚਾਰ ਕਰਦੇ ਹੋਏ ਉੱਥੋਂ ਹਰਿਮੰਦਰ ਸਾਹਿਬ ਤੋਂ ਚੱਲ ਕੇ ਇਸ ਸਥਾਨ 'ਤੇ ਪਹੁੰਚੇ। ਉਸ ਬੋਰਡ ਦੇ ਨਾਲ ਉਹ ਰੇਸ਼ਮ ਦੀਆਂ ਡੋਰੀਆਂ ਡਾਹਣਿਆਂ ਦੇ ਨਾਲ ਬੰਨ੍ਹ ਕੇ ਉਹ ਗਲਾਂ ਦੇ ਵਿੱਚ ਪਾ ਕੇ ਤੁਸੀਂ ਉੱਥੋਂ ਤਸਵੀਰ ਵੀ ਉਹ ਲੈ ਸਕਦੇ ਹੋ ਜਿਹੜੀ ਇਤਿਹਾਸਕਾਰ ਨੇ ਉਸ ਸਮੇਂ ਦੀ ਸਿਰਜੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਗਲ ਵਿੱਚ ਉਹ ਫਾਂਸੀ ਦਾ ਰੱਸਾ ਪਾ ਕੇ ਰੇਸ਼ਮ ਦੀ ਡੋਰੀ ਪਾ ਕੇ ਥੱਲੇ ਟੇਬਲ ਰੱਖ ਕੇ ਤਾਂ ਉਹਨਾਂ ਨੇ ਆਪਣੇ ਆਪ ਹੀ ਉਹ ਟੇਬਲ ਨੂੰ ਲੱਤ ਜਿਹੜੀ ਮਾਰ ਦੇਣੀ ਅਤੇ ਉਹ ਫਾਂਸੀ ਦੀ ਜਿਹੜੀ ਗੰਢ ਸੀ ਉਹ ਰੱਸੇ ਦੀ ਉਹ ਗਲ ਦੇ ਵਿੱਚ ਜਿਹੜੀ ਪੀਚੀ ਜਾਣੀ ਅਤੇ ਉਹ ਵਾਰੀ ਵਾਰੀ ਇੱਥੇ 4 ਸਿੰਘਾਂ ਨੇ ਸੰਤ ਲਹਿਣਾ ਸਿੰਘ ਜੀ, ਸੰਤ ਬੀਲਾ ਸਿੰਘ ਜੀ, ਸੰਤ ਹਾਕਮ ਸਿੰਘ ਜੀ, ਸੰਤ ਫਤਿਹ ਸਿੰਘ ਜੀ ਨੇ ਇੱਥੇ 15 ਸਤੰਬਰ 1871 ਵਾਲੇ ਦਿਨ ਇੱਥੇ ਅੰਗਰੇਜ਼ ਸਰਕਾਰ ਦੀ ਮੌਜੂਦਗੀ ਦੇ ਵਿੱਚ ਅੰਮ੍ਰਿਤਸਰ ਦੀ ਪਬਲਿਕ ਦੀ ਮੌਜੂਦਗੀ ਦੇ ਵਿੱਚ ਇਸ ਸਥਾਨ 'ਤੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਅਤੇ ਉਹ ਇਤਿਹਾਸ ਸਿਰਜਿਆ। ਇੱਕ ਸਿੰਘ ਜਿਹੜਾ ਸੀ ਉਹ ਸੰਤ ਝੰਡਾ ਸਿੰਘ ਜੀ, ਉਹਨੂੰ 2 ਸਾਲ ਬਾਅਦ ਇੱਥੇ 1873 ਦੇ ਵਿੱਚ ਇਹ ਫਾਂਸੀ ਦੀ ਸਜ਼ਾ ਜਿਹੜੀ ਦਿੱਤੀ ਗਈ। ਉਹ ਅੰਗਰੇਜ਼ ਸਰਕਾਰ ਦਾ ਕੁਛ ਕਾਨੂੰਨ ਸੀ ਕਿ ਉਸ ਨੂੰ 2 ਸਾਲ ਜਿਹੜਾ ਉਹਨਾਂ ਨੇ ਉਹ ਸ਼ੋਅ ਨਹੀਂ ਕੀਤਾ, ਉਹਨੂੰ ਭਗੌੜਾ ਕਰਾਰ ਦੇ ਦਿੱਤਾ, ਤਾਂ ਉਹਦੇ ਬਾਅਦ ਉਹਦੀ ਫਾਂਸੀ ਹੋਈ। ਇਹ ਇਤਿਹਾਸ ਸਥਾਨ ਹੈ ਜਿਹੜਾ ਕਿ 1871 ਦਾ ਹੈ। ਮੈਂ ਇੱਥੇ ਵੀ ਜ਼ਿਕਰ ਕਰਾਂਗਾ ਸਾਰੀ ਹੀ ਸਾਧ ਸੰਗਤ ਨੂੰ, ਸਾਡੀ ਅਰਜ਼ ਬੇਨਤੀ ਹੈ ਨਾਮਧਾਰੀ ਸੰਗਤ ਵੱਲੋਂ ਕਿ ਇਹ ਸਥਾਨ ਜਿਹੜਾ ਹੈ ਬਹੁਤ ਪੁਰਾਤਨ ਸਥਾਨ ਹੈ। ਜੇ ਅੱਜ ਅਸੀਂ ਕਈ ਸਥਾਨ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਹੀ ਸਰਕਾਰ ਵੱਲੋਂ ਵੀ ਪ੍ਰਚਾਰ ਹੈ ਅਤੇ ਇੱਥੇ ਹਰ ਇੱਕ ਗੱਲ ਦੇ ਪੱਖੋਂ ਉਹਨਾਂ ਦੀ ਬੜੀ ਸੁੰਦਰਤਾ ਵੱਲ ਧਿਆਨ ਦਿੱਤਾ ਜਾ ਰਿਹਾ ਹੈ, ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਪਾਸੋਂ ਵੀ ਅਤੇ ਆਪਣੀ ਪੂਰੇ ਸਮਾਜ ਪਾਸੋਂ ਵੀ ਕਿ ਤੁਸੀਂ ਇਸ ਸਥਾਨ ਦੀ ਸ਼ਹਾਦਤ ਨੂੰ ਦੇਖਦੇ ਹੋਏ, ਇਸ ਕੁਰਬਾਨੀ ਨੂੰ ਦੇਖਦੇ ਹੋਏ ਇਸ ਜਗ੍ਹਾ 'ਤੇ ਆਇਆ ਕਰੋ। ਇਹ ਸਾਡੇ ਨਾਮਧਾਰੀਆਂ ਦੇ ਸ਼ਹੀਦਾਂ ਦਾ ਇਕੱਲਾ ਸਥਾਨ ਸਾਡੇ ਨਾਮਧਾਰੀਆਂ ਵਾਸਤੇ ਨਹੀਂ, ਇਹਨਾਂ ਦੇਸ਼ ਦੇ ਵਾਸਤੇ ਆਜ਼ਾਦੀ ਲਈ ਧਰਮ ਦੀ ਰੱਖਿਆ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ ਹੈ। ਸੋ ਇਹ ਸਾਡੇ ਸਾਰਿਆਂ ਦੇ ਹੀ ਪੂਜਨੀਕ ਨੇ। ਅਸੀਂ ਨਾਮਧਾਰੀ ਤਾਂ ਇਹਨਾਂ ਦੇ ਆਪਣੇ ਪੂਰਵਜਾਂ ਨੂੰ ਜਿਹੜਾ ਹੈ ਉਹਨਾਂ ਨੂੰ ਯਾਦ ਕਰਦੇ ਹਾਂ, ਪਰ ਅਸੀਂ ਇਹਦੇ ਵਿੱਚ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਸਾਧ ਸੰਗਤ ਦੇ ਇਹਨਾਂ ਮੇਲਿਆਂ ਦੇ ਵਿੱਚ ਮਹੀਨਾਵਾਰ ਹਰ 15 ਤਰੀਕ ਨੂੰ ਮੇਲੇ ਦੇ ਵਿੱਚ ਵੀ ਉਹ ਹਾਜ਼ਰੀ ਭਰਿਆ ਕਰੇ। ਮੀਡੀਆ ਨੂੰ ਵੀ ਅਸੀਂ ਜਿਹੜਾ ਹੈ ਉਹ ਉਹਨਾਂ ਦਾ ਆਇਆਂ ਦਾ ਸਤਿਕਾਰ ਕਰਦੇ ਹਾਂ, ਤੁਸੀਂ ਸਾਡੇ ਕੋਲ ਆਏ ਹੋ ਇੱਥੇ, ਹੋਰਨਾਂ ਨੂੰ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਵੀ ਆ ਕੇ ਸਥਾਨ ਦੀ ਜਿਹੜੀ ਹੈ ਉਹ ਪ੍ਰਚਾਰ ਅਤੇ ਪ੍ਰਸਾਰ ਇਸ ਜਗ੍ਹਾ ਦਾ ਉਹ ਸਿੱਖੀ ਦਾ ਪ੍ਰਚਾਰ ਹੋਰ ਹੋ ਸਕੇ, ਉਹ ਸ਼ਹਾਦਤ ਦਾ ਪ੍ਰਚਾਰ ਹੋ ਸਕੇ।
ਅਸੀਂ ਇਹਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਰੀ ਨਾਮਧਾਰੀ ਸੰਗਤ ਵੱਲੋਂ, ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੂਬਾ ਜੀ, ਸਾਡੇ ਮੁਖੀ ਨੇ ਜਿਹੜੇ ਸੂਬਾ ਅਮਰੀਕ ਸਿੰਘ ਜੀ ਮੇਰੇ ਨਾਲ ਖੜ੍ਹੇ ਨੇ, ਸਾਡੀ ਸਾਰੇ ਹੀ ਕਮੇਟੀ ਜਿਹੜੀ ਹੈ, ਸਰਦੂਲ ਸਿੰਘ ਜੀ, ਰਜਿੰਦਰ ਸਿੰਘ ਜੀ, ਜਥੇਦਾਰ ਦਵਿੰਦਰ ਸਿੰਘ ਜੀ, ਸੰਤ ਸੁੱਚਾ ਸਿੰਘ ਜੀ, ਬਲਵਿੰਦਰ ਸਿੰਘ ਜੀ, ਡਾਲਾ ਜੀ, ਇਹ ਸਾਰੇ ਹੀ ਇੱਥੇ ਮੌਜੂਦ ਨੇ। ਇਹਨਾਂ ਦੀ ਜਿਹੜੀ ਅਗਵਾਈ ਦੇ ਹੇਠ ਜਿੰਨੇ ਵੀ ਪ੍ਰੋਗਰਾਮ ਇੱਥੇ ਉਲੀਕੇ ਜਾਂਦੇ ਨੇ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਭੈਣੀ ਸਾਹਿਬ ਵਾਲੇ ਜਿਹੜੇ ਨੇ, ਉਹ ਸਾਡੀ ਰਹਿਨਮਾਈ ਜਿਹੜੀ ਪੰਥ ਦੀ ਕਰ ਰਹੇ ਨੇ, ਨਾਮਧਾਰੀ ਪੰਥ ਦੇ ਮੁਖੀ ਨੇ। ਉਹਨਾਂ ਦੇ ਦਿੱਤੇ ਹੋਏ ਪ੍ਰੋਗਰਾਮਾਂ ਅਨੁਸਾਰ ਹੀ ਜਿਹੜੇ ਇੱਥੇ ਸਾਰੀ ਸਾਧ ਸੰਗਤ ਦੇ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਨੇ, ਅਸੀਂ ਸਾਰੀ ਹੀ ਸੰਗਤ ਦੇ ਬਹੁਤ ਧੰਨਵਾਦੀ ਹਾਂ, ਅਤੇ ਆਪ ਜੀ ਦੇ ਚੈਨਲ ਦਾ ਵੀ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਸਾਡੇ ਕੋਲ ਆਏ